ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸਿੰਘ, ਆਪਣਾ ਯੂਟਿਊਬ ਚੈਨਲ ਆ ਕੁਦਰਤ ਵਿੱਚ ਰੱਬ ਵੱਸਦਾ। ਅੱਜ ਇੱਕ ਮੇਰੇ ਦਿਮਾਗ 'ਚ ਗੱਲ ਆਈ, ਬੈਠੇ ਬੈਠੇ ਮੈਂ ਸੋਚਿਆ ਵੀ ਚਲੋ ਇਹਦੀ ਵੀਡੀਓ ਵੀ ਬਣਾਉਂਦੇ ਹਾਂ, ਵੀ ਚਲੋ ਸਾਰਿਆਂ ਨਾਲ ਸਾਂਝੀ ਕਰਨੀ ਆ, ਵੀਰ ਐਪਰੀਸ਼ੀਏਟ ਕਰਨਗੇ, ਗੱਲ ਸਹੀ ਹੈ ਗਲਤ ਆ, ਆਪਦੇ ਮਾਇੰਡ ਦੀ ਗੱਲ ਦੱਸਣ ਲੱਗਿਆ। ਬਾਈ ਜੀ, ਮੈਂ ਸੋਚਿਆ ਵੀ ਆਪਣੇ ਸਿਸਟਮ ਇੰਨਾ ਖਰਾਬ ਆ ਜੇ, ਬੇਰੁਜ਼ਗਾਰੀ ਆ ਹੈ ਨਾ, ਅਤੇ ਭ੍ਰਿਸ਼ਟਾਚਾਰ ਆ, ਮਹਿੰਗਾਈ ਆ ਇੰਨੀ, ਵੀ ਇਹਦਾ ਕੀ ਕਾਰਨ ਆ ਹੈ ਨਾ, ਵੀ ਕਿਉਂ ਇੰਨਾ ਜ਼ਿਆਦਾ ਆਪਣੇ ਹੈ ਨਾ, ਹੋਰ ਕੰਟਰੀਆਂ 'ਚ ਨਹੀਂ ਹੈਗਾ ਇੰਨਾ, ਵੀ ਕਿਉਂ ਕੀ ਕਾਰਨ ਆ ਆਪਣੇ। ਅੱਜ ਅਸੀਂ ਬਾਹਰਲੀਆਂ ਕੰਟਰੀ ਨੂੰ ਜਾਂਦੇ ਹਾਂ, ਕੈਨੇਡਾ ਨੂੰ ਭੱਜੇ, ਸਾਰੀ ਪੰਜਾਬ ਅੱਜ ਸੋਚਦਾ ਮੈਂ ਕੈਨੇਡਾ ਜਾ ਕੇ ਸੈਟਲ ਹੋ ਜਾ ਹੈ ਨਾ, ਵੀ ਉੱਥੇ ਪਤਾ ਨਹੀਂ ਸਾਨੂੰ ਕਿੰਨਾ ਕੁ ਅਸੀਂ ਸੁਖੀ ਬਸਾਂਗੇ ਹੈ ਨਾ, ਸਾਨੂੰ ਕੰਮ ਨਹੀਂ ਕਰਨਾ ਪੈਣਾ, ਪਤਾ ਨਹੀਂ ਸਾਨੂੰ ਆਇਆ ਉੱਥੇ ਵੀ ਐਸ ਦੀ ਜ਼ਿੰਦਗੀ ਜਿਉਂਵਾਂਗੇ। ਜਾਣੀ ਮੈਂ ਸੋਚਿਆ ਵੀ ਜੇ ਇਹ ਅੱਜ ਇੰਨਾ ਭ੍ਰਿਸ਼ਟਾਚਾਰ ਆ ਜਾਂ ਜੋ ਵੀ ਐਵਰੀਥਿੰਗ ਇਹ ਗਲਤ ਹੋ ਰਿਹਾ ਆਪਣੇ, ਮੇਰੇ ਮਾਇੰਡ ਨੇ ਮੈਨੂੰ ਸੁਨੇਹਾ ਦਿੱਤਾ ਵੀ ਇਹ ਤਾਂ ਕੁਛ ਬੰਦਿਆਂ ਦੀ ਗਲਤੀ ਕਾਰਨ ਹੋ ਰਿਹਾ ਹੈਗਾ, ਵਾਲਿਆਂ ਦੀ ਗਲਤੀ ਨਹੀਂ ਹੈਗੀ ਇਹਦੇ 'ਚ, ਕੁਛ ਬੰਦੇ ਉਹ ਬੰਦੇ ਜਿਹੜੇ ਆਪਦੀ ਰਿਸਪੋਂਸੀਬਿਲਟੀ ਤੋਂ ਭੱਜੇ ਹੋਏ ਨੇ ਹੈ ਨਾ। ਜਿਵੇਂ ਅੱਜ ਸਭ ਤੋਂ ਜ਼ਿਆਦਾ ਮਹਿੰਗਾਈ ਜੇ ਸੋਚਿਆ ਜਾਵੇ ਇੱਕ ਮਿਡਲ ਕਲਾਸ ਬੰਦੇ ਲਈ, ਸਭ ਤੋਂ ਪਹਿਲਾਂ ਉਹਨੂੰ ਬੱਚੇ ਪੜ੍ਹਾਉਣੇ ਔਖੇ ਨੇ, ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੱਜ ਹਰ ਇੱਕ ਬੰਦਾ ਪ੍ਰਾਈਵੇਟ ਸਕੂਲ 'ਚ ਬੱਚੇ ਪੜ੍ਹਾਉਂਦਾ, ਸਾਨੂੰ ਬੱਚੇ ਪ੍ਰਾਈਵੇਟ ਸਕੂਲ 'ਚ ਕਿਉਂ ਪੜ੍ਹਾਉਣੇ ਪੈ ਰਹੇ ਨੇ, ਸਭ ਤੋਂ ਵੱਡੀ ਗੱਲ ਤਾਂ ਪੜ੍ਹਾਉਣੇ ਪੈ ਰਹੇ ਨੇ ਕਿਉਂਕਿ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਨੇ ਉਹ ਭਗਾਉਣੇ ਹੋਏ ਹੋਏ ਨੇ ਆਪਦੀ ਜ਼ਿੰਮੇਵਾਰੀ ਤੋਂ, ਉਹ ਚੀਜ਼ ਭੁੱਲ ਗਏ। ਜਿੱਦੇ ਅਸੀਂ ਨੌਕਰੀ ਲਈ ਆ ਸਰਕਾਰੀ ਸਕੂਲ ਦੇ ਟੀਚਰ ਬਣਦੇ ਲਈ, ਅਸੀਂ ਘੱਟੋ ਘੱਟ ਮੈਨੂੰ ਲੱਗਦਾ ਵੀ 10-10 ਹਜ਼ਾਰ ਬੰਦੇ 'ਚੋਂ ਇੱਕ ਇੱਕ ਬੰਦੇ ਦੀ ਸਿਲੈਕਸ਼ਨ ਹੁੰਦੀ ਆ, ਇਹਨੇ ਉੱਥੇ ਕਾਗਜ਼ ਹੁੰਦੇ ਆ, ਫਾਰਮ ਹੁੰਦੇ, ਜਿਹਦੇ ਵਿੱਚੋਂ ਇੱਕ ਇੱਕ ਬੰਦਾ ਸਿਲੈਕਟ ਹੁੰਦਾ, ਅਤੇ ਉਹਨਾਂ ਦੀ ਸੈਲਰੀ 50-60 ਹਜ਼ਾਰ ਰੁਪਈਆ ਮਹੀਨਾ ਹੁੰਦੀ ਆ ਹੈ ਨਾ। ਅਤੇ ਜਿਹੜਾ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਪੜ੍ਹਾਉਂਦਾ, ਕਿਸੇ ਨੂੰ 10 ਹਜ਼ਾਰ ਤੋਂ ਵੱਧ ਤਨਖਾਹ, 5 ਬੰਦਿਆਂ ਦੀ ਸੈਲਰੀ ਇਕੱਲਾ ਬੰਦਾ ਲੈਂਦਾ, ਕੀ ਉਹ 5 ਬੰਦੇ ਜਾਂ ਕੰਮ ਕਰਦਾ? ਜੇ ਉਹ ਆਪਦੀ ਜ਼ਿੰਮੇਵਾਰੀ 'ਤੇ ਸਹੀ ਬੰਦਾ ਉਤਰੇ, ਉਹ ਮੈਨੂੰ ਨਹੀਂ ਲੱਗਦਾ ਸਾਨੂੰ ਪ੍ਰਾਈਵੇਟ ਸਕੂਲ 'ਚ ਜਵਾਕ ਪੜ੍ਹਾਉਣੇ ਪੈਣਗੇ, ਜਿਹੜੇ ਅਸੀਂ ਇੱਕ ਇੱਕ ਬੱਚੇ ਦਾ 50-50 ਹਜ਼ਾਰ ਰੁਪਈਆ, ਜਿਹਦੇ ਘਰ 'ਚ 2-3 ਬੱਚੇ ਨੇ, 1-1.5 ਲੱਖ ਰੁਪਈਆ ਇੱਕ ਸਾਲ ਦਾ ਖਰਚਾ ਸਿਰਫ ਮਿਡਲ ਕਲਾਸ ਬੰਦੇ ਲਈ, ਦੇਖੋ ਕਿੰਨਾ ਖਰਚਾ ਹੈ ਹੈ ਨਾ। ਅਤੇ ਕੁਛ ਬੰਦੇ ਬਾਕੀ ਜਿਹੜੇ ਮੈਂ ਹੋਰ ਕਹਿੰਦਾ, ਜਿਹੜੇ ਬੰਦੇ ਦੀ ਜ਼ਿੰਮੇਵਾਰੀ, ਜੇ ਬੰਦੇ ਆਪਣੀ ਜ਼ਿੰਮੇਵਾਰੀ ਸਮਝ ਜਾਣ, ਦੂਜੇ ਹੋ ਗਏ ਸਾਡੇ ਡਾਕਟਰ, ਇੱਕ ਡਾਕਟਰ ਦੀ ਸੈਲਰੀ ਅੱਜ 1 ਲੱਖ ਰੁਪਈਆ ਹੈ ਨਾ, ਸਰਕਾਰੀ ਡਾਕਟਰ ਦੀ ਸੈਲਰੀ, ਅਤੇ ਉਹ ਡਾਕਟਰ ਅੱਜ ਕੀ ਕਰ ਰਹੇ ਨੇ, ਆਪਦੇ ਪ੍ਰਾਈਵੇਟ ਹਸਪਤਾਲ ਖੋਲ੍ਹੀ ਬੈਠੇ ਨੇ, ਉੱਥੇ ਆਪਦੀ ਜ਼ਿੰਮੇਵਾਰੀ, ਜੇ ਉਹ ਸਰਕਾਰੀ ਕੁਰਸੀ 'ਤੇ ਬਹਿ ਕੇ ਆਪਦੀ ਜ਼ਿੰਮੇਵਾਰੀ ਸਹੀ ਨਿਭਾਉਣ, ਮੈਨੂੰ ਨਹੀਂ ਲੱਗਦਾ ਸਾਨੂੰ ਪ੍ਰਾਈਵੇਟ ਹੋਸਪਿਟਲਾਂ ਵਿੱਚ ਲੋਕਾਂ ਨੂੰ ਜਾਣਾ ਪਊਗਾ ਆਪਦੇ ਇਲਾਜ ਕਰਾਉਣ ਵਾਸਤੇ ਹੈ ਨਾ, ਉੱਥੇ ਲੁੱਟ ਦਾ ਸਕਾਰ ਬਣਨਾ ਪਊਗਾ ਇੰਨੀ ਦਾ, ਕਿਉਂਕਿ ਜੇ ਸਰਕਾਰੀ ਟੀਚਰ, ਅੱਜ ਸਰਕਾਰੀ ਸਾਨੂੰ ਉੱਥੇ ਦਵਾਈ ਫਰੀ ਮਿਲਦੀ ਆ ਸਭ ਨੂੰ, ਜੇ ਉੱਥੋਂ ਸਰਕਾਰੀ ਦਵਾਈ ਫਰੀ ਮਿਲਦੀ ਆ, ਸਰਕਾਰੀ ਡਾਕਟਰਾਂ ਦੀ ਜ਼ਿੰਮੇਵਾਰੀ ਸਹੀ ਨਿਭਾਉਣ, ਤਾਂ ਕਿਤੇ ਜਾਣ ਦੀ ਵੀ ਲੋੜ ਹੈ ਨਹੀਂ। ਕਿੰਨਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਅੱਜ ਖਰਾਬ ਹੋ ਰਿਹਾ ਹੈਗਾ, ਉਸ ਆਪਦੇ ਜਿਹੜੇ ਸਰਕਾਰੀ ਡਾਕਟਰ ਨੇ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ, ਬਸ ਸਭ ਤੋਂ ਵੱਡੀ ਗੱਲ ਆ ਜਿਹੜੀ, ਜੇ ਉਹ ਆਪਦੀ ਰਿਸਪੋਂਸੀਬਿਲਟੀ ਸਮਝਣ, ਬਸ ਲੋੜ ਹੀ ਨਹੀਂ, ਸਾਰਾ ਕੁਛ ਸਹੀ ਹੁੰਦਾ ਸਿਸਟਮ। ਜਿਹੜੀ ਕੁਰਸੀ 'ਤੇ ਮੈਂ ਕਹਿੰਦਾ ਬੰਦਾ ਬਹਿ ਗਿਆ, ਜੇ ਉਹ ਕੁਰਸੀ 'ਤੇ ਬਹਿ ਕੇ ਬੰਦਾ ਸਿਰਫ ਆਪਦੀ ਰਿਸਪੋਂਸੀਬਿਲਟੀ, ਆਪਦੀ ਜ਼ਿੰਮੇਵਾਰੀ ਸਮਝ ਲਏ ਹੈ ਨਾ, ਤਾਂ ਮੈਨੂੰ ਨਹੀਂ ਲੱਗਦਾ ਵੀ ਸਿਸਟਮ ਠੀਕ ਹੋਣ ਨੂੰ ਬਾਹਲਾ ਟਾਈਮ ਲੱਗੂਗਾ। ਮੈਂ ਕਿਸਾਨ ਹਾਂ, ਮੈਂ ਕਿਸਾਨੀ ਕਰਦਾ, ਮੇਰਾ ਫਰਜ਼ ਬਣਦਾ ਮੇਰੀ ਖੁਰਾਕ ਖਾ ਕੇ ਬੰਦਾ ਕੋਈ ਬਿਮਾਰ ਨਾ ਹੋਵੇ ਹੈ ਨਾ, ਮੇਰੀ ਜ਼ਿੰਮੇਵਾਰੀ ਇਹ ਆ। ਅੱਜ ਮੈਂ ਕਿੰਨਾ ਪੈਸਟੀਸਾਈਡ ਪਾ ਰਿਹਾ, ਕਿੰਨਾ ਕੈਮੀਕਲ ਪਾ ਰਿਹਾ, ਮੈਨੂੰ ਸਮਝ ਨਹੀਂ ਕਿਸੇ ਚੀਜ਼ ਦੀ, ਸਿਰਫ ਇੱਕ ਲਾਲਚ ਬਸ ਪੈ ਕੇ ਉੱਥੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਇਹੋ ਜਿਹੀ ਖੁਰਾਕ ਪੈਦਾ ਕਰਾਂ, ਸਾਡੀ ਖੁਰਾਕ ਖਾ ਕੇ ਬੰਦਾ ਕੋਈ ਬਿਮਾਰ ਨਾ ਹੋਵੇ।
ਅਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜੇ ਹੋਏ, ਅਸੀਂ ਕੰਮ ਨਹੀਂ ਕਰ ਰਹੇ। ਜੇ ਮੈਂ ਕਹਿੰਦਾ ਵੀ ਮੈਂ ਇੱਕ ਹੋਰ ਮੇਰੇ ਮਾਇੰਡ 'ਚ ਗੱਲ ਆਈ ਵੀ ਜੇ 24 ਘੰਟੇ ਦਾ ਦੇਣਾ, 24 ਘੰਟੇ ਨੇ ਇੱਕ ਦਿਨ ਦੇ ਵਿੱਚ, ਦਿਨ ਰਾਤ ਦੇ ਵਿੱਚ, ਮੈਂ ਕਹਿੰਦਾ ਵੀ 24 ਘੰਟੇ ਦਿਨਾਂ ਨੂੰ ਮੈਂ ਡਿਵਾਈਡ ਕਰਕੇ ਦੇਖਿਆ ਵੀ ਹਰ ਜੋਬ ਦੇ ਵਿੱਚ 8 ਘੰਟੇ ਡਿਊਟੀ ਹੁੰਦੀ ਆ, ਵੀ ਜੇ 8 ਘੰਟੇ ਡਿਊਟੀ ਆ ਤਾਂ ਮੇਰੇ ਹਿਸਾਬ ਨਾਲ ਵੀ 8 ਘੰਟੇ ਬੰਦਾ ਕੰਮ ਕਰੇ, 8 ਘੰਟੇ ਬੰਦਾ ਸੌਵੇ, 8 ਘੰਟੇ ਬੰਦਾ ਹੋਰ ਕੰਮ ਕਾਰ ਆਪਦੇ ਪਰਿਵਾਰ ਨਾਲ ਗੁਜ਼ਾਰੇ, ਹੈ ਨਾ। ਅਤੇ ਇਹ ਕਰਕੇ ਮੈਂ ਸੋਚਿਆ ਵੀ ਚਲੋ, ਮੈਂ ਮੇਰੀ ਸੋਚ ਆ ਇਹ ਵੀ ਇਹ 24 ਘੰਟੇ ਨਹੀਂ ਦਿੰਦੇ, ਹੈ ਨਾ, ਕਿ ਅਸੀਂ ਜਿਹੜੇ ਕਿਸਾਨ ਆ ਅਸੀਂ 8 ਘੰਟੇ ਕੰਮ ਕਰਦੇ ਹਾਂ ਆਪਦੇ ਖੇਤ ਦੇ ਵਿੱਚ ਕਦੇ ਲਗਾਤਾਰ। ਜੇ ਅਸੀਂ ਲਗਾਤਾਰ 8 ਘੰਟੇ ਆਪਦੇ ਖੇਤ ਦੇ ਵਿੱਚ ਡੇਲੀ ਆਪਦੀ ਰਿਸਪੋਂਸੀਬਿਲਟੀ ਦਾ ਕੰਮ ਕਰਾਂਗੇ ਤਾਂ ਅਸੀਂ ਉੱਥੇ ਸਬਜ਼ੀਆਂ ਲਾਵਾਂਗੇ, ਅਸੀਂ ਦਾਲਾਂ ਲਾਵਾਂਗੇ, ਚੱਲ ਹੋਰ ਨੂੰ ਨਹੀਂ ਕਿਸੇ ਨੂੰ ਵੇਚਾਂਗੇ, ਸਾਡੇ ਪਰਿਵਾਰ ਨੂੰ ਤਾਂ ਜ਼ਹਿਰ ਮੁਕਤ ਖੁਰਾਕ ਦੇਵਾਂਗੇ। ਪਰ ਸਾਰੇ ਬੰਦੇ ਰਿਸਪੋਂਸੀਬਿਲਟੀ ਤੋਂ ਭੱਜੇ ਹੋਏ ਨੇ, ਹੈ ਨਾ, ਕੋਈ ਬੰਦਾ ਆਪਦੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ, ਜਿਹਦੇ ਕਰਕੇ ਅੱਜ ਇੰਨਾ ਇਹ ਮਹਿੰਗਾਈ ਵੱਧ ਗਈ, ਭ੍ਰਿਸ਼ਟਾਚਾਰ ਵੱਧ ਰਿਹਾ। ਸਾਰਾ ਬੰਦਾ, ਹਰ ਇੱਕ ਬੰਦਾ ਜੇ ਆਪਦੀ ਜ਼ਿੰਮੇਵਾਰੀ ਸਮਝ ਲਏ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕਿਤੇ ਬਾਹਰਲੀਆਂ ਕੰਟਰੀਆਂ 'ਚ ਵਾਲਾ ਭੱਜਣਾ ਪਊਗਾ। ਸਿਰਫ ਅਸੀਂ ਆਪਦੀ ਜ਼ਿੰਮੇਵਾਰੀ, ਆਪਦੀ ਰਿਸਪੋਂਸੀਬਿਲਟੀ ਸਮਝੀਏ। ਮੈਂ ਅੱਜ ਇਹ ਵੀਡੀਓ ਇਸੇ ਕਰਕੇ ਬਣਾਈ ਸੀ, ਮੈਂ ਸੋਚ ਰਿਹਾ ਸੀ ਬੈਠਾ ਬੈਠਾ ਵੀ ਕੀ ਕਾਰਨ ਆ ਵੀ ਜਿਹੜਾ ਅੱਜ ਇੰਨਾ ਮਾੜੇ ਹਾਲਾਤ ਹੁੰਦੇ ਜਾਂਦੇ ਨੇ, ਹੈ ਨਾ, ਵੀ ਕੀ ਕਾਰਨ ਆ। ਯਾਨੀ ਮੇਰੇ ਸਾਹਮਣੇ ਇਹ ਗੱਲ ਆਈ ਆ, ਚਲੋ ਹਰ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ, ਯਾਨੀ ਮੈਂ ਆਪਣੀ ਸੋਚ ਰੱਖੀ ਹੈ ਵੀ ਜੇ ਅੱਜ ਹੋਸਪਿਟਲਾਂ ਦੇ ਵਿੱਚ ਸਹੀ ਸਰਕਾਰੀ ਡਾਕਟਰ ਸਹੀ ਇਲਾਜ ਕਰਨ ਲੱਗ ਜਾਣ ਲੋਕਾਂ ਦਾ, ਤਾਂ ਲੋਕਾਂ ਨੂੰ ਪ੍ਰਾਈਵੇਟ ਹੋਸਪਿਟਲਾਂ 'ਚ ਲੋਟੂ ਹੋਣ ਦੀ ਲੋੜ ਨਹੀਂ ਪੈਣੀ। ਜੇ ਇੱਕ ਕਿਸਾਨ ਆਪਦੀ ਜ਼ਿੰਮੇਵਾਰੀ ਸਮਝ ਕੇ ਸਹੀ ਖੁਰਾਕ ਪੈਦਾ ਕਰਨ ਲੱਗ ਜਾਏ ਤਾਂ ਲੋਕ ਬਿਮਾਰ ਹੀ ਨਹੀਂ ਹੋਣਗੇ। ਜੇ ਸਰਕਾਰੀ ਸਕੂਲਾਂ ਵਾਲੇ ਜਿਹੜੇ ਟੀਚਰ ਬੈਠੇ ਨੇ ਆਪਦੀ ਕੁਰਸੀ 'ਤੇ, ਜੇ ਉਹ ਆਪਦੀ ਜ਼ਿੰਮੇਵਾਰੀ ਸਮਝ ਕੇ ਨਵਾਂ ਸਿਲੇਬਸ ਲੈ ਕੇ ਆਉਣ, ਪ੍ਰਾਈਵੇਟ ਸਕੂਲਾਂ ਵਾਲਾ ਸਿਲੇਬਸ ਲੈ ਕੇ ਆਉਣ, 50,000 ਰੁਪਈਆ ਲੈਂਦੇ ਨੇ, ਇਹ ਜ਼ਿੰਮੇਵਾਰੀ ਸਮਝ ਕੇ ਪੜ੍ਹਾਉਣ ਲੱਗ ਜਾਣ ਬੱਚਿਆਂ ਨੂੰ, ਤਾਂ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਬੱਚੇ ਲਾਉਣ ਦੀ ਲੋੜ ਨਾ ਪਵੇ। ਇੱਥੇ ਇਹੀ ਗੱਲ ਮੇਰੇ ਸਾਹਮਣੇ ਆਈ ਹੈ ਵੀ ਬੰਦਾ ਆਪਦੀ ਜ਼ਿੰਮੇਵਾਰੀ ਤੋਂ ਭੱਜਿਆ ਹੋਇਆ, ਬਸ ਹੋਰ ਕੋਈ ਚੱਕਰ ਨਹੀਂ ਹੈਗਾ। ਕੋਈ ਅੱਜ ਸਾਨੂੰ 70 ਸਾਲ ਹੋ ਗਏ ਸਾਨੂੰ ਵੋਟਾਂ ਪਾਉਂਦੇ ਨੂੰ, ਕੋਈ ਸਰਕਾਰਾਂ ਕਿੰਨੀਆਂ ਬਦਲਤੀਆਂ, ਕਿੰਨੀਆਂ ਮੂਹਰੇ ਬਦਲੀਆਂ ਜਾਣਗੀਆਂ, ਜਿੰਨਾ ਚਿਰ ਬੰਦਾ ਆਪਦੀ ਰਿਸਪੋਂਸੀਬਿਲਟੀ ਨਹੀਂ ਸਮਝਦਾ ਉਨਾ ਚਿਰ ਮੈਨੂੰ ਨਹੀਂ ਲੱਗਦਾ ਵੀ ਸਿਸਟਮ ਠੀਕ ਹੋ ਜੂਗਾ। ਜਾਣੀ ਮੇਰੀ ਇਹ ਸੋਚ ਆ, ਅਤੇ ਬਾਕੀ ਆਪੋ ਆਪਣੀ ਹਰ ਵੀਰ ਰਾਏ ਰੱਖਦਾ, ਹੈ ਨਾ, ਅਤੇ ਜਾਣੀ ਆਪੋ ਆਪਣੀ ਜ਼ਿੰਮੇਵਾਰੀ ਸਮਝੀ ਆਪਾਂ, ਜਿਹੜਾ ਅਸੀਂ ਕੰਮ ਕਰਦਾ, ਜਿਹੜੀ ਕੁਰਸੀ 'ਤੇ ਮੈਂ ਬੈਠਾ, ਮੈਂ ਆ ਡਰਾਈਵਿੰਗ ਕਰਦਾ ਇੱਥੇ, ਚਲੋ ਆ ਕੇ ਮੈਂ ਫਿਊਚਰ ਦੇ ਵਿੱਚ ਮੂਹਰੇ ਸਾਡਾ ਪਲੈਨ ਆ ਵੀ ਔਰਗੈਨਿਕ ਫਾਰਮ ਮੈਂ ਬਣਾਉਣਾ ਜਿਹਦੇ ਵਿੱਚ ਕੁਦਰਤੀ ਖੁਰਾਕ ਪੈਦਾ ਕਰਨ ਦਾ ਮੇਰਾ ਹਰ ਇੱਕ ਚੀਜ਼ ਮੇਰਾ ਜਾਣੀ ਮਕਸਦ ਅੱਗੇ। ਬਟ ਮੈਂ ਇੱਥੇ ਹੁਣ ਡਰਾਈਵਿੰਗ ਕਰਦਾ, ਮੈਨੂੰ ਪਤਾ ਵੀ ਮੈਂ ਮੇਰੀ ਜ਼ਿੰਮੇਵਾਰੀ ਰਿਸਪੋਂਸੀਬਿਲਟੀ ਆ, ਹਰ ਰਿਸਪੋਂਸੀਬਿਲਟੀ ਨਾਲ ਕੰਮ ਕਰਨਾ। ਹਰ ਇੱਕ ਬੰਦਾ ਆਪਣੀ ਰਿਸਪੋਂਸੀਬਿਲਟੀ ਸਮਝ ਲੈਣਾ, ਸਾਰਾ ਕੁਛ ਸੈੱਟ ਆ। ਆਪਣਾ ਚੈਨਲ ਆ, ਯੂਟਿਊਬ ਚੈਨਲ ਆ ਕੁਦਰਤ ਵਿੱਚ ਰੱਬ ਵੱਸਦਾ, ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਤੁਹਾਨੂੰ ਸ਼ੇਅਰ ਲੱਗੀ, ਜੇ ਮੇਰੀ ਗੱਲ ਸਹੀ ਲੱਗੀ ਤਾਂ ਇਹਨੂੰ ਕਮੈਂਟ 'ਤੇ ਲਾਇਕ ਜ਼ਰੂਰ ਕਰਿਓ, ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅੱਗੇ ਵੀਰੇ ਨਾਲ, ਹੈ ਨਾ, ਤਾਂ ਜੋ ਆਪਦੀ, ਮੈਂ ਤਾਂ ਕਹਿੰਦਾ ਕਿਸੇ ਇੱਕ ਵੀਰ ਦੀ ਵੀ ਇਹ ਵੀਡੀਓ ਸੁਣ ਕੇ ਅੱਖਾਂ ਖੁੱਲ੍ਹ ਜਾਣ ਵੀ ਹਾਂ ਯਾਰ ਮੇਰੀ ਜ਼ਿੰਮੇਵਾਰੀ ਹੈ, ਮੈਂ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਾਂ, ਤਾਂ ਬਹੁਤ ਕੁਛ ਸਹੀ ਹੋ ਸਕਦਾ। ਓਕੇ ਵੀਰ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।